ਚੋਰਾਂ ਦੇ ਵੱਲੋਂ ਦੇਰ ਰਾਤ ਇੱਕ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਿਹਾ ਜਾ ਰਿਹਾ ਕਿ ਜੋ ਅੰਦਰ ਮਹਿੰਗੇ ਮੁੱਲ ਦੇ ਪ੍ਰੋਡਕਟ ਪਏ ਸੀ ਉਹ ਸਾਰੇ ਹੀ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਘਟਨਾ ਅੰਦਰ ਲੱਗੇ CCTV ਦੇ ਵਿੱਚ ਕੈਦ ਹੋ ਗਈ ਹੈ। ਤਾਂ 3 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਜੋ ਹੈ ਉਹ ਸ਼ੋਰੂਮ ਦੇ ਅੰਦਰ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਜੋ ਪੇਟੀਆਂ ਪਈਆਂ ਨੇ ਉਹਨਾਂ ਨੂੰ ਚੁੱਕ ਰਿਹਾ ਤੇ ਨਾਲ ਹੀ ਇੱਕ ਹੋਰ ਚੋਰ ਉਸਦੇ ਕੋਲੋਂ ਪੇਟੀਆਂ ਫੜਦਾ ਨਜ਼ਰ ਆ ਰਿਹਾ। ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਕਰੀਬ 20 ਤੋਂ 22 ਲੱਖ ਰੁਪਏ ਦੀ ਚੋਰੀ ਕੀਤੀ ਗਈ ਹੈ, ਕਿਉਂਕਿ ਮਹਿੰਗੇ ਮੁੱਲ ਦੇ ਇਹ ਪ੍ਰੋਡਕਟ ਸੀ ਜਿਨ੍ਹਾਂ ਦੇ ਉੱਤੇ ਚੋਰਾਂ ਦੇ ਵੱਲੋਂ ਹੱਥ ਸਾਫ਼ ਕੀਤਾ ਗਿਆ। ਤਾਂ ਜ਼ੀਰਕਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੇਰ ਰਾਤ ਸ਼ੋਰੂਮ ਨੂੰ ਇੱਕ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ, 3 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਜ਼ੀਰਕਪੁਰ ਦੇ ਵਿੱਚ ਇਹਨਾਂ ਦਿਨਾਂ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਤੇ ਹੁਣ ਬੇਖੌਫ ਹੋ ਕੇ ਇਹਨਾਂ ਚੋਰਾਂ ਦੇ ਵੱਲੋਂ ਦੇਰ ਰਾਤ ਪਹਿਲਾਂ ਤਾਂ ਇਸ ਸ਼ੋਰੂਮ ਦਾ ਸ਼ਟਰ ਤੋੜਿਆ ਜਾਂਦਾ ਤੇ ਸ਼ਟਰ ਤੋੜਨ ਤੋਂ ਬਾਅਦ 3 ਚੋਰ ਅੰਦਰ ਦਾਖਲ ਹੁੰਦੇ ਨੇ ਤੇ ਜੋ ਮਹਿੰਗੇ ਮੁੱਲ ਦੀਆਂ ਪੇਟੀਆਂ ਹੁੰਦੀਆਂ ਨੇ ਪ੍ਰੋਡਕਟ ਦੀਆਂ ਉਹਨਾਂ ਨੂੰ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਅਗਲੇ ਦਿਨ ਜਦੋਂ ਜਾ ਕੇ ਦੁਕਾਨਦਾਰ ਦੇ ਵੱਲੋਂ ਦੇਖਿਆ ਜਾਂਦਾ ਤਾਂ ਅੰਦਰ ਦਾ ਜੋ ਤਾਲਾ ਉਹ ਟੁੱਟਿਆ ਹੁੰਦਾ, ਜਿਸ ਤੋਂ ਬਾਅਦ ਜਦੋਂ CCTV ਚੈੱਕ ਕਰਦਾ ਤਾਂ ਉਸਦੇ ਵਿੱਚ ਸਾਰੀ ਹੀ ਚੋਰੀ ਦੀ ਘਟਨਾ ਕੈਦ ਹੋ ਜਾਂਦੀ ਹੈ ਤੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ 20 ਤੋਂ 22 ਲੱਖ ਰੁਪਏ ਦਾ ਸਮਾਨ ਚੁੱਕ ਕੇ ਇਹ ਚੋਰ ਮੌਕੇ ਤੋਂ ਫਰਾਰ ਹੋ ਗਏ ਨੇ। 3 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਦੇ ਵੱਲੋਂ ਦੇਰ ਰਾਤ ਇੱਕ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਿਹਾ ਜਾ ਰਿਹਾ ਕਿ ਜੋ ਅੰਦਰ ਮਹਿੰਗੇ ਮੁੱਲ ਦੇ ਪ੍ਰੋਡਕਟ ਪਏ ਸੀ ਉਹ ਸਾਰੇ ਹੀ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਤੇ ਘਟਨਾ ਅੰਦਰ ਲੱਗੇ CCTV ਦੇ ਵਿੱਚ ਕੈਦ ਹੋ ਗਈ ਹੈ। ਤਾਂ 3 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਜੋ ਹੈ ਉਹ ਸ਼ੋਰੂਮ ਦੇ ਅੰਦਰ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਜੋ ਪੇਟੀਆਂ ਪਈਆਂ ਨੇ ਉਹਨਾਂ ਨੂੰ ਚੁੱਕ ਰਿਹਾ ਤੇ ਨਾਲ ਹੀ ਇੱਕ ਹੋਰ ਚੋਰ ਉਸਦੇ ਕੋਲੋਂ ਪੇਟੀਆਂ ਫੜਦਾ ਨਜ਼ਰ ਆ ਰਿਹਾ। ਕਿਹਾ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਕਰੀਬ 20 ਤੋਂ 22 ਲੱਖ ਰੁਪਏ ਦੀ ਚੋਰੀ ਕੀਤੀ ਗਈ ਹੈ, ਕਿਉਂਕਿ ਮਹਿੰਗੇ ਮੁੱਲ ਦੇ ਇਹ ਪ੍ਰੋਡਕਟ ਸੀ ਜਿਨ੍ਹਾਂ ਦੇ ਉੱਤੇ ਚੋਰਾਂ ਦੇ ਵੱਲੋਂ ਹੱਥ ਸਾਫ਼ ਕੀਤਾ ਗਿਆ। ਤਾਂ ਜ਼ੀਰਕਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੇਰ ਰਾਤ ਸ਼ੋਰੂਮ ਨੂੰ ਇੱਕ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ, 3 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਜ਼ੀਰਕਪੁਰ ਦੇ ਵਿੱਚ ਇਹਨਾਂ ਦਿਨਾਂ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਤੇ ਹੁਣ ਬੇਖੌਫ ਹੋ ਕੇ ਇਹਨਾਂ ਚੋਰਾਂ ਦੇ ਵੱਲੋਂ ਦੇਰ ਰਾਤ ਪਹਿਲਾਂ ਤਾਂ ਇਸ ਸ਼ੋਰੂਮ ਦਾ ਸ਼ਟਰ ਤੋੜਿਆ ਜਾਂਦਾ ਤੇ ਸ਼ਟਰ ਤੋੜਨ ਤੋਂ ਬਾਅਦ 3 ਚੋਰ ਅੰਦਰ ਦਾਖਲ ਹੁੰਦੇ ਨੇ ਤੇ ਜੋ ਮਹਿੰਗੇ ਮੁੱਲ ਦੀਆਂ ਪੇਟੀਆਂ ਹੁੰਦੀਆਂ ਨੇ ਪ੍ਰੋਡਕਟ ਦੀਆਂ ਉਹਨਾਂ ਨੂੰ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਅਗਲੇ ਦਿਨ ਜਦੋਂ ਜਾ ਕੇ ਦੁਕਾਨਦਾਰ ਦੇ ਵੱਲੋਂ ਦੇਖਿਆ ਜਾਂਦਾ ਤਾਂ ਅੰਦਰ ਦਾ ਜੋ ਤਾਲਾ ਉਹ ਟੁੱਟਿਆ ਹੁੰਦਾ, ਜਿਸ ਤੋਂ ਬਾਅਦ ਜਦੋਂ CCTV ਚੈੱਕ ਕਰਦਾ ਤਾਂ ਉਸਦੇ ਵਿੱਚ ਸਾਰੀ ਹੀ ਚੋਰੀ ਦੀ ਘਟਨਾ ਕੈਦ ਹੋ ਜਾਂਦੀ ਹੈ ਤੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ 20 ਤੋਂ 22 ਲੱਖ ਰੁਪਏ ਦਾ ਸਮਾਨ ਚੁੱਕ ਕੇ ਇਹ ਚੋਰ ਮੌਕੇ ਤੋਂ ਫਰਾਰ ਹੋ ਗਏ ਨੇ। 3 ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।